नीचे पुल खोखला होने का जो मुख्य कारण है वह चूहे ने। अज तो दो चार साल पहला पुल प्लस्तर भी करवाया पर प्लस्तर के नाम से रेता ही लाया सीगा पुल नूं और ये जगह विचो रह ही गई जिथे उन्होंने प्लस्तर किया ही नहीं सीगा। ਕਿਹੜੀ ਇਹੋ ਜਿਹੀ ਸਰਕਾਰ ਹੈ ਜਿਹੜੀ ਇੰਨਾ ਗੁੱਟੀ ਦੀ ਸੁੱਤੀ ਪਈ ਹੈ ਜਿਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਕਰਨਾ ਕੀ ਹੈ। ਕੱਲ੍ਹ ਨੂੰ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਅਤੇ ਪਤਾ ਨਹੀਂ 35 ਕਰੋੜ ਰੁਪਈਆ ਹੁਣ ਤੱਕ ਇਹ ਪੁਲ ਤੋਂ ਰਿਪੇਅਰਾਂ ਕਰ ਕਰਕੇ ਖਾ ਚੁੱਕੇ ਨੇ ਅਤੇ ਹੁਣ ਸਰਕਾਰ ਕਹਿੰਦੇ ਆ ਭਗਵੰਤ ਮਾਨ ਦੀ ਆਈ ਹੈ, ਨਾ ਇੱਕ ਪੈਸਾ ਖਾਣਾ ਹੈ ਅਤੇ ਨਾ ਖਾਣ ਦੇਣਾ ਆ, ਪਰ ਕੰਮ ਵੀ ਨਹੀਂ ਮੈਨੂੰ ਲੱਗਦਾ ਹੋਣੇ। ਪੈਚਵਰਕ ਦੇ ਨਾਮ ਦੇ ਉੱਪਰ ਜਿਹੜਾ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਛਾਏ ਹੋਏ ਨੇ 90-92 ਸੀਟਾਂ ਦੇ ਕੇ ਸਰਕਾਰ ਬਣਾਈ ਹੈ, ਕੋਈ 1-10 ਸੀਟਾਂ ਦੇ ਨਾਲ ਇਹ ਮੁੱਖ ਮੰਤਰੀ ਨਹੀਂ ਬਣੇ। ਉਹ ਹਰੇਕ ਚੀਜ਼ ਜਨਤਕ ਹੋਣੀ ਚਾਹੀਦੀ ਹੈ। ਮੇਰੀ ਅਪੀਲ ਹੈ ਸਰਕਾਰ ਨੂੰ ਵੀ ਜਿਹੜਾ ਵੀ ਖਰਚਾ ਹੋਵੇ ਅਤੇ ਕਿੰਨੇ ਬੋਰੀਆਂ ਸੀਮੈਂਟ ਲੱਗਦਾ ਕੀ ਹੁੰਦਾ ਸਾਰਾ ਕੁਝ ਜਨਤਕ ਹੋਵੇ। ਪਹਿਲੀ ਸਰਕਾਰ ਨੇ ਵੀ ਇਹੀ ਕੁਛ ਕੀਤਾ ਸੀ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਹੈ। ਸੋ ਇਹ ਨਾ ਹੋਵੇ ਵੀ 5 ਸਾਲ ਅਸੀਂ ਬਹੁਤ ਔਖੇ ਹੋ ਕੇ ਕੱਟੀਏ ਅਤੇ ਅਸੀਂ ਉਹ ਦਿਨ ਗਣੀਏ ਕੈਲੰਡਰ ਦੇ ਉੱਪਰ ਕਾਢੇ ਮਾਰ ਮਾਰ ਕੇ ਕੱਟੀਏ ਵੀ ਕਦੋਂ ਇਹ ਸਰਕਾਰ ਖਤਮ ਹੋਊਗੀ ਅਤੇ ਅਸੀਂ ਅਗਲੀ ਸਰਕਾਰ ਲਿਆਵਾਂਗੇ। ਉੱਪਰ ਆ ਲੇਡੀਜ਼ ਨੇ ਗੁਰਦੁਆਰੇ ਮੱਥਾ ਟੇਕ ਕੇ ਆਉਂਦੀਆਂ ਨੇ, ਲੰਘਣਾ ਤਾਂ ਉੱਪਰ ਦੀ ਹੈ। ਜਦ ਤੱਕ ਲੋਕ ਨਹੀਂ ਨਾ ਜਾਗਣਗੇ ਲੁਧਿਆਣੇ ਦਾ ਕੋਈ ਸੁਧਾਰ ਨਹੀਂ ਹੋਣਾ। ਆਪਦਾ ਘਰ ਸਾਫ਼ ਕਰਕੇ ਗੁਆਂਢੀਆਂ ਨੇ ਕਦੇ ਕੂੜਾ ਸੁੱਟਣ ਵਾਲਿਆਂ ਜੇ ਚਾਹੁਣ ਵੀ ਤਬਦੀਲੀ ਆ ਜੂਗੀ, ਇੱਦਾਂ ਤਬਦੀਲੀ ਨਹੀਂ ਆਉਣੀ। ਲਾ ਲਓ ਵੀ ਅੱਜ ਮੀਂਹ ਆਉਂਦੇ ਹੁੰਦੇ ਤਾਂ ਸਾਰਾ ਪੁਲ ਰੁੜ ਜਾਣਾ ਸੀਗਾ। ਨਮਸਤੇ, ਸਤਿ ਸ਼੍ਰੀ ਅਕਾਲ, ਮੈਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। ਦੇਖਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਦੇ ਨਾਮ ਤੇ ਲੁਧਿਆਣਾ ਦੇ ਵਿੱਚ ਪ੍ਰੋਪਰ ਕੋਈ ਅਰੇਂਜਮੈਂਟ ਨਹੀਂ ਹੈ, ਪਰ ਜੇ ਅਸੀਂ ਗੱਲ ਕਰੀਏ ਇੱਥੇ ਪ੍ਰੋਪਰ ਅਰੇਂਜਮੈਂਟ ਦੀ ਕੋਸ਼ਿਸ਼ ਕਹਿ ਸਕਦੇ ਹਾਂ, ਕੋਸ਼ਿਸ਼ ਦੇ ਨਾਮ ਤੇ ਕੋਈ ਜ਼ਿਆਦਾ ਖਾਸ ਕੰਮ ਨਹੀਂ ਕੀਤਾ ਜਾ ਰਿਹਾ, ਪਰ ਇਸੇ ਨੂੰ ਲੈ ਕੇ ਅੱਜ ਅਸੀਂ ਖੜੇ ਹਾਂ ਜਗਰਾਓਂ ਪੁਲ ਤੇ ਜਿੱਥੇ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ ਹੈ ਟੁੱਟ ਗਿਆ, ਖੱਡਾ ਹੋ ਗਿਆ। ਇੱਕ ਵਾਰ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਘੁਮਾ ਕੇ ਦਿਖਾਇਆ ਜਾਵੇ, ਸਾਰੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕੀਤੀਆਂ ਜਾਣ। ਕਿਸ ਤਰ੍ਹਾਂ ਜਗਰਾਓਂ ਪੁਲ ਤੇ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਖੱਡਾ ਹੋ ਜਾਂਦਾ ਇੰਨਾ ਵੱਡਾ, ਤੇ ਦੇਖਣ ਤੇ ਕਿਹਾ ਜਾ ਰਿਹਾ ਕਿ ਚੂਹੇ ਨੇ ਜਿਹੜਾ ਹੈ ਥੱਲੋ ਦੇ ਜਿਹੜਾ ਛੇਦ ਕਰ ਦਿੱਤਾ ਹੈ, ਤੇ ਇਸ ਤਰ੍ਹਾਂ ਕਿੰਨੀਆਂ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਸਮਾਰਟ ਸਿਟੀ ਦੇ ਨਾਮ ਤੇ, ਇੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਜਿਵੇਂ ਦੇਖ ਸਕਦੇ। ਇਸ ਨਾਲ ਅਸੀਂ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਾਲ ਗਰੇਵਾਲ ਸਰਾਭਾ। ਮੈਂ ਪਰਸੋਂ ਵੀਡੀਓ ਪਾ ਕੇ ਲਾਈਵ ਵੀਡੀਓ ਪਾਈ ਸੀ ਇੱਕ ਆਪਣੇ ਗਰੁੱਪਸ ਦੇ ਵਿੱਚ ਵੀ ਕੀ ਹਾਲਾਤ ਨੇ ਲੁਧਿਆਣੇ ਸ਼ਹਿਰ ਦੇ। ਇਹ ਜਗਰਾਓਂ ਪੁਲ ਦਾ ਜਿਹੜਾ ਇਹ ਹਿੱਸਾ ਆ ਇੱਕ ਤਰੀਕੇ ਨਾਲ ਪੂਰੀ ਤਰ੍ਹਾਂ ਖੋਖਲਾ ਹੋ ਚੁੱਕਿਆ ਆ, ਔਰ ਇਹ ਜਿਹੜੀ ਕਹਿ ਲਓ ਵੀ ਇਹ ਨਲਾਇਕੀ ਆ ਪ੍ਰਸ਼ਾਸਨ ਦੀ। ਨੀਚੋਂ ਪੁਲ ਖੋਖਲਾ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਚੂਹੇ ਨੇ। ਪਿਛਲੀ ਵਾਰ ਪੁਲ ਨੂੰ ਅੱਜ ਤੋਂ 2-4 ਸਾਲ ਪਹਿਲਾਂ ਪੁਲ ਪਲਸਤਰ ਵੀ ਕਰਵਾਇਆ ਸੀਗਾ, ਪਰ ਉਹ ਪਲਸਤਰ ਦੇ ਨਾਮ 'ਤੇ ਰੇਤਾ ਹੀ ਲਾਇਆ ਸੀਗਾ ਪੁਲ ਨੂੰ, ਔਰ ਇਹ ਜਗ੍ਹਾ ਵਿੱਚੋਂ ਰਹਿ ਹੀ ਗਈ ਜਿੱਥੇ ਉਹਨਾਂ ਨੇ ਪਲਸਤਰ ਕੀਤਾ ਹੀ ਨਹੀਂ ਸੀਗਾ। ਔਰ ਇਹਦਾ ਬਹੁਤ ਵੱਡਾ ਟੈਂਡਰ ਸੀ, ਆਈ ਥਿੰਕ 50 ਲੱਖ ਦੇ ਕਰੀਬ ਉਦੋਂ ਇਹਦਾ ਟੈਂਡਰ ਪਾਸ ਹੋਇਆ ਸੀ, ਅਤੇ ਹੁਣ ਵੀ ਜਿਹੜਾ ਆ ਤੁਸੀਂ ਜੇ ਦੇਖ ਸਕਦੇ ਹੋ ਵੀ ਹਾਲਾਤ ਪੁਲ ਦੇ ਕੀ ਹੋ ਗਏ ਨੇ। ਫੁੱਟਪਾਥ ਲੋਕਾਂ ਦੇ ਚੱਲਣ ਦੇ ਕਾਬਲ ਨਹੀਂ ਰਹੀ। ਆਖਰ ਜਿਹੜੇ ਲੋਕ ਨੇ ਉਹ ਕਿੱਥੇ ਚੱਲਣ? ਜਿਹੜੇ ਲੋਕ ਜਗਰਾਓਂ ਪੁਲ ਦੇ ਉੱਪਰੋਂ ਤੁਰ ਕੇ ਜਾਂਦੇ ਨੇ, ਗਰੀਬ ਗੁਰਬੇ ਲੋਕ ਨੇ, ਉਹ ਕਿੱਥੇ ਜਾਣ? ਉਹਨਾਂ ਦੇ ਬੱਚੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਮੱਥਾ ਟੇਕਣ ਆਉਂਦੇ ਨੇ, ਉਹ ਇਸੇ ਫੁੱਟਪਾਥ ਦੀ ਵਰਤੋਂ ਕਰਦੇ ਨੇ। ਜੇ ਨੀਚੇ ਉਤਰਦੇ ਨੇ ਤਾਂ ਐਕਸੀਡੈਂਟ ਦੀ ਚਪੇਟ ਵਿੱਚ ਆ ਜਾਂਦੇ ਆ। ਸੋ ਜੇ ਫੁੱਟਪਾਥ ਪ੍ਰੋਪਰ ਤਰੀਕੇ ਨਾਲ ਨਹੀਂ ਹੋਣਗੀਆਂ ਤਾਂ ਲੋਕਾਂ ਦੇ ਜਿਹੜੇ ਜਾਨ ਮਾਲ ਨੂੰ ਖਤਰਾ ਆ। ਸੋ ਇਹ ਬਹੁਤ ਜ਼ਰੂਰੀ ਆ ਪ੍ਰਸ਼ਾਸਨ ਦਾ, ਪ੍ਰਸ਼ਾਸਨ ਦੀ ਨਲਾਇਕੀ ਕਹਾਂਗੇ। ਅੱਜ 3 ਦਿਨ ਹੋ ਗਏ, ਕਿਹੜੀ ਇਹੋ ਜਿਹੀ ਸਰਕਾਰ ਹੈ ਜਿਹੜੀ ਇੰਨਾ ਗੁੱਟੀ ਦੀ ਸੁੱਤੀ ਪਈ ਹੈ ਜਿਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਕਰਨਾ ਕੀ ਹੈ? ਟੈਂਡਰ ਬੇਸ਼ੱਕ ਹੋ ਗਿਆ, ਪਰ ਕੰਮ ਸ਼ੁਰੂ ਕਰਨ ਨੂੰ ਕਿੰਨਾ ਟਾਈਮ ਲੱਗਦਾ? ਇਹਨੂੰ ਮਿੱਟੀ ਦੇ ਨਾਲ ਭਰਿਆ ਜਾ ਸਕਦਾ ਸੀਗਾ, ਘੱਟੋ ਘੱਟ ਕੋਈ ਮਿਸਹੈਪਨਿੰਗ ਹੋਣ ਤੋਂ ਤਾਂ ਬਚ ਸਕਦੀ ਹੈ।
देर सवेर नूं रात नूं इत्थे लोक हज़ारां दी गिणती च गुजरदे ने। कल नूं कोई अणसखां वी घटना वापर जांदी है तां कौण जिम्मेवार है? इस दा मुख जिम्मेवार प्रशासन ही है। सो मेरी अपील आ मेयर साहब नूं, जिहड़े वी होर सुपरिटेंडेंट इत्थे गेड़ा मार के गए ने, इस थां नूं जल्दी तों जल्दी पूरिया जावे। 35,000 रुपया इहदा पास कर दित्ता कहिंदे आ, ते पता नहीं 35 करोड़ रुपया हुण तक इह पुल तों रिपेयरां कर करके खा चुके ने। ते हुण सरकार कहिंदे आ भगवंत मान दी आई है, ना एक पैसा खाना है ते ना खाण देना है, पर कम भी नहीं मैनूं लगदा होणे। जिहड़े हालात हो रहे ने दिन ब दिन आपां देख रहे हां, जिहड़ा निघार है शहर दा उह बुरा हाल हुंदा जा रहा है। सड़कां दे बुरे हाल ने, जगह जगह खड्डे तुसीं देख सकदे हो, और सिर्फ पैचवर्क दे नाम दे उपर जिहड़ा जिहड़ियां सोशल मीडिया दे उपर छाए हुए ने, इह कम नहीं सानूं चाहीदे। असी प्रशासन 90-92 सीटां दे के सरकार बनाई है, कोई एक अद्धी 2-10 सीटां दे नाल मुख्यमंत्री नहीं बने। इन्हां नूं तां आप नूं उम्मीद नहीं सी वी सानूं 60-65 तों उपर सीटां मिलणगियां, पर लोकां ने एक चेंज लियांदी सी, पर चेंज जे इदां दी चेंज आ फिर सानूं नहीं चाहीदी। मैं तां अग्गे वी कहा सी वी जिथे असी आप दा रौला पाउंदे सी, किते कल नूं सानूं ऐ ही ना कहिणा पवे वी साडे तों पाप हो गिया, असी पाप ना कहिण लग जाईए। जे सर कहीए सी स्मार्ट सिटी दे नाम ते काफ़ियां गल्लां कही जांदियां ने, है ना, ते पुल ए वाला जगराओं पुल जिथे हज़ारों की तादाद लोग कहिंदे सेंटर पै जांदा एक तरह तों, है ना, लोग काफ़ी आंदे जांदे ने, ਇਹ ਹਾਲਤ ਹੈ ਸਮਾਰਟ ਸਿਟੀ ਦੀ। ਅਤੇ ਹੋਰ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਕਾਫੀ ਜਗ੍ਹਾ ਹਾਲਤ ਖਰਾਬ ਹੈ, ਕੇਵਲ ਇਸੇ ਥਾਂ 'ਤੇ ਨਹੀਂ, ਉਸ ਥਾਂ 'ਤੇ ਵੀ ਤੁਸੀਂ ਉਸ ਸਾਈਡ 'ਤੇ ਵੀ ਦੇਖੋ ਇਹੀ ਹਾਲਤ ਹੈ। ਇਸੇ ਨੂੰ ਲੈ ਕੇ ਉੱਧਰਲਾ ਪਾਸਾ ਵੀ ਜਿਹੜਾ ਤੁਸੀਂ ਕੈਮਰਾਮੈਨ ਨੂੰ ਕਹੋ ਫੋਟੋ ਮਾਰ ਕੇ ਦਿਖਾਏਗੇ ਜ਼ੂਮ ਕਰਕੇ, ਉਹ ਸਾਰਾ ਜਿਹੜਾ ਥਾਂ ਆ ਉਹ ਚੂਹਿਆਂ ਨੇ ਉਹ ਵੀ ਖੋਖਲਾ ਕੀਤਾ ਹੋਇਆ, ਬਟ ਉੱਧਰੋਂ ਗੁਰਦੁਆਰੇ ਵਾਲਿਆਂ ਨੇ ਪਲਸਤਰ ਕਰਕੇ ਤਾਂ ਬਚ ਗਿਆ, ਨਹੀਂ ਤਾਂ ਬੈਠ ਹੋ ਵੀ ਜਾਣਾ ਸੀਗਾ। ਦੂਜੀ ਗੱਲ ਤੁਸੀਂ ਆਹ ਦੇਖੋ ਫੁੱਟਪਾਥ ਦੇ ਉੱਪਰ, ਦੇਖੋ ਤੁਸੀਂ ਕੈਮਰਾ ਮਾਰ ਕੇ ਇਹ ਫੁੱਟਪਾਥ ਦੇ ਨਾਲ ਨਾਲ ਕੀ ਕਿਹੜੀ ਪਾਈਪਲਾਈਨ ਪਾਈ ਹੋਈ ਹੈ? ਇਹ ਕੋਈ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੰਦੇ ਨੇ, ਫੁੱਟਪਾਥ ਜਿਹੜੀ 4-3 ਫੁੱਟ ਦੀ ਫੁੱਟਪਾਥ ਸੀ ਉਹ ਰਹਿ ਗਈ 2.5 ਫੁੱਟ ਦੀ, 2 ਫੁੱਟ ਦੀ। ਆਖਰ ਇਹ ਚੀਜ਼ਾਂ ਕਿਉਂ ਜਿਹੜਾ ਪ੍ਰਸ਼ਾਸਨ ਅਲਾਓ ਕਰਦਾ ਆ? ਜੇ ਲੋਕ ਚੱਲਣ ਨੂੰ, ਲੋਕਾਂ ਦੇ ਚੱਲਣ ਨੂੰ ਜਗ੍ਹਾ ਨਹੀਂ ਹੋਊਗੀ ਤਾਂ ਲੋਕ ਚੱਲਣਗੇ ਕਿੱਥੇ? ਇਸ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਇਹ ਪ੍ਰਾਈਵੇਟ ਕੰਪਨੀਆਂ ਤੋਂ ਠੇਕਾ ਲੈਂਦੇ ਨੇ, ਮੋਟਾ ਪੈਸਾ ਖਾ ਕੇ ਪਾਈਪਲਾਈਨਾਂ ਪਾਈਆਂ ਜਾਂਦੀਆਂ ਨੇ, ਇਹਦਾ ਕੋਈ ਉਹ ਨਹੀਂ ਹੈਗਾ, ਆਪਣੇ ਕੋਲ ਰਿਕਾਰਡ ਨਹੀਂ ਹੁੰਦਾ। ਸੋ ਹਰੇਕ ਚੀਜ਼ ਜਨਤਕ ਹੋਣੀ ਚਾਹੀਦੀ ਆ। ਮੇਰੀ ਅਪੀਲ ਹੈ ਸਰਕਾਰ ਨੂੰ ਵੀ ਜਿਹੜਾ ਵੀ ਖਰਚਾ ਹੋਵੇ ਅਤੇ ਕਿੰਨੇ ਬੋਰੀਆਂ ਸੀਮੈਂਟ ਲੱਗਦਾ, ਕੀ ਹੁੰਦਾ, ਸਾਰਾ ਕੁਝ ਜਨਤਕ ਹੋਵੇ। ਸ਼ਹਿਰ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜੇ ਜਨਤਕ ਕਰਨ ਦੀ ਲੋੜ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਹੋਰ ਮੁੱਦਾ ਨਾਲ ਹੀ ਚੱਕਣਾ ਚਾਹੁੰਦਾ ਸੀ, ਪਰ ਇਸ ਵੇਲੇ ਤੁਸੀਂ ਦੇਖੋ ਜਿਹੜੇ ਪੁਲ ਦੇ ਇਸ ਵੇਲੇ ਦੇ ਹਾਲਾਤ ਨੇ, ਇਹਦੇ ਮਗਰਲੇ ਪਾਸੇ ਤੁਸੀਂ ਕੈਮਰਾ ਮਾਰ ਕੇ ਦੇਖੋਗੇ, ਚੂਹਿਆਂ ਨੇ 2 ਟਰਾਲੀਆਂ ਮਿੱਟੀ ਦੀਆਂ ਤਾਂ ਇਹ ਪੁਲ ਦੇ ਉੱਪਰ ਹੀ ਕੱਢੀਆਂ ਪਈਆਂ ਨੇ। ਮਤਲਬ ਇਹ ਚੀਜ਼ ਧਿਆਨ ਦੇਣ ਦੀ ਲੋੜ ਹੈ। ਜਗ੍ਹਾ ਜਗ੍ਹਾ 'ਤੇ ਤੁਸੀਂ ਨੀਚੋ ਵਿਸ਼ਕਰਮਾ ਚੌਂਕ ਵੱਲੋਂ ਆਓਗੇ, ਦੇਖੋਗੇ ਤੁਸੀਂ ਵੀ ਫੁੱਟਪਾਥ ਬਣੀ ਨੂੰ ਅਜੇ 1 ਸਾਲ ਨਹੀਂ ਹੋਇਆ ਸੀਗਾ, ਇਹ ਦੁਬਾਰਾ ਇਹਨਾਂ ਨੇ ਫਿਰ ਪੱਟ ਲਈ ਆ ਥੱਲਿਓਂ, ਤੁਸੀਂ ਦੇਖਦੇ ਆ ਰਹੇ ਹੋ। ਇਹ ਕਰਪਸ਼ਨ ਕਿਉਂ ਹੋ ਰਹੀ ਹੈ? ਜਿੱਥੇ ਚੰਗੀਆਂ ਭਲੀਆਂ ਇੰਟਰਲੋਕ ਟਾਈਲਾਂ ਲੱਗੀਆਂ ਨੇ ਉਹਨਾਂ ਨੂੰ ਕਿਉਂ ਪੱਟਿਆ ਜਾ ਰਿਹਾ? ਸੋ ਮੇਰੀ ਅਪੀਲ ਆ ਵੀ ਬਿਨਾਂ ਮਤਲਬ ਤੋਂ ਪੈਸੇ ਨਾ ਜਾੜੇ ਸਰਕਾਰ। ਪਹਿਲੀ ਸਰਕਾਰ ਨੇ ਵੀ ਇਹੀ ਕੁਛ ਕੀਤਾ ਸੀ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਹੈ। ਸੋ ਇਹ ਨਾ ਹੋਵੇ ਵੀ 5 ਸਾਲ ਅਸੀਂ ਬਹੁਤ ਔਖੇ ਹੋ ਕੇ ਕੱਟੀਏ ਅਤੇ ਅਸੀਂ ਉਹ ਦਿਨ ਗਣੀਏ, ਕੈਲੰਡਰ ਦੇ ਉੱਪਰ ਕਾਟੇ ਮਾਰ ਮਾਰ ਕੇ ਕੱਟੀਏ ਵੀ ਕਦੋਂ ਇਹ ਸਰਕਾਰ ਖਤਮ ਹੋਊਗੀ ਅਤੇ ਅਸੀਂ ਅਗਲੀ ਸਰਕਾਰ ਲਿਆਵਾਂਗੇ। ਸੋ ਇੰਨੀ ਕੁ ਬੇਨਤੀ ਕਬੂਲ ਕਰੋ, ਬੜਾ ਸਾਨੂੰ ਆਸਾਂ ਨੇ ਭਗਵੰਤ ਮਾਨ ਦੀ ਸਰਕਾਰ ਤੋਂ। ਜਿਵੇਂ ਦੇਖਿਆ ਜਾਂਦਾ ਰਾਤ ਦੇ ਟਾਈਮ 'ਤੇ ਇਸ ਇੱਦਾਂ ਹੋਣ ਦੇ ਨਾਲ ਚੱਲਣ ਫਿਰਨ ਵਾਲਿਆਂ ਨੂੰ ਕਾਫੀ ਡਰ ਹੈਗਾ ਇੱਕ ਤਰ੍ਹਾਂ ਦਾ ਜਿਹੜਾ, ਹੈ ਨਾ, ਪਰ ਰਾਤ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਕਿ ਨਾ ਲੋਕ ਬਾਈਕ ਲੈ ਕੇ ਵੀ ਇੱਧਰੋਂ ਨਿਕਲਦੇ ਨੇ ਅਤੇ, ਹੈ ਨਾ, ਪੈਦਲ ਚੱਲਣ ਵਾਲੇ ਤਾਂ ਜਾਂਦੇ ਹੈ ਅਕਸਰ ਦੇਖਦੇ ਹਾਂ। ਲਾਈਟਾਂ ਦੀ ਵੀ ਕਾਫੀ, ਸਟਰੀਟ ਲਾਈਟ ਵੀ ਦਿੱਕਤ ਹੈ, ਜੇ ਕੋਈ ਗਿਰ ਜਾਂਦਾ ਕਿੰਨੀ ਉਹਨੂੰ ਨੁਕਸਾਨ, ਕਿੰਨਾ ਨੁਕਸਾਨ ਹੁੰਦਾ? ਬਿਲਕੁਲ, ਮੈਂ ਪਹਿਲਾਂ ਹੀ ਕਹਿ ਰਿਹਾ ਵੀ ਇਹ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਆ। ਲੋਕ ਸਾਈਕਲ ਦੇ ਉੱਪਰ ਆ, ਲੇਡੀਜ਼ ਨੇ ਗੁਰਦੁਆਰੇ ਮੱਥਾ ਟੇਕ ਕੇ ਆਉਂਦੀਆਂ ਨੇ, ਲੰਘਣਾ ਤਾਂ ਉੱਪਰ ਦੀ ਹੈ, ਹੁਣ ਇਹ ਰਸਤਾ ਅੜੀਕ ਰਹੀਆਂ ਨੇ, ਇਹਨਾਂ ਨੂੰ ਰਸਤਾ ਮਿਲੂਗਾ ਇੱਧਰੋਂ ਨਿਕਲਣਗੀਆਂ, ਐਕਸੀਡੈਂਟ ਹੋਣ ਦਾ ਖਤਰਾ ਆ। ਸੋ ਇਹੋ ਜਿਹੇ ਕੰਮ ਹੈ ਅਤੇ ਇਹ ਕਿੱਥੇ ਜਾਣ? ਪ੍ਰਸ਼ਾਸਨ ਨੂੰ ਮੰਗ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਪੂਰਿਆ ਜਾਵੇ। ਅੱਗੇ ਵੀ ਸਰਕਾਰ ਦੇ ਖਿਲਾਫ ਲੜਦੇ ਰਹੇ ਹਾਂ, ਸਾਨੂੰ ਕੋਈ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਸਰਕਾਰਾਂ ਨਾਲ, ਸਾਨੂੰ ਸਿਰਫ ਸਾਨੂੰ ਆਹ ਚੈਨ ਨਹੀਂ ਮਿਲਦਾ, ਸਾਨੂੰ ਗੁੱਸਾ ਆਉਂਦਾ। ਕਾਰਨ ਕੀ ਹੈ ਵੀ ਅਸੀਂ ਟੈਕਸ ਭਰਦੇ ਹਾਂ, ਟੈਕਸ ਪੇਅਰ ਹੈ ਅਸੀਂ, ਜੇ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਣਗੀਆਂ। ਇੱਕ ਲੋਕਾਂ 'ਚ ਵੀ ਬੜੀ ਮਾੜੀ ਆਦਤ ਹੈ, ਲੋਕ ਕਹਿੰਦੇ ਸਾਨੂੰ ਕੀ ਹੈ, ਜਦ ਤੱਕ ਲੋਕ ਨਹੀਂ ਨਾ ਜਾਗਣਗੇ ਲੁਧਿਆਣੇ ਦਾ ਕੋਈ ਸੁਧਾਰ ਨਹੀਂ ਹੋਣਾ। ਆਪਦਾ ਘਰ ਸਾਫ਼ ਕਰਕੇ ਗੁਆਂਢੀਆਂ ਨੇ ਕਦੇ ਕੂੜਾ ਸੁੱਟਣ ਵਾਲਿਆਂ ਨਾਲ ਜੇ ਚਾਹੁਣ ਵੀ ਤਬਦੀਲੀ ਆਜੂਗੀ, ਇੱਦਾਂ ਤਬਦੀਲੀ ਨਹੀਂ ਆਉਣੀ, ਤਬਦੀਲੀ ਸਰਕਾਰ ਬਦਲਣਾ ਨਹੀਂ ਆਉਣੀ, ਤੁਹਾਨੂੰ ਮਾਇੰਡ ਸੈੱਟਅਪ ਦਾ ਜਿਹੜਾ ਇਹ ਚੇਂਜ ਕਰਨਾ ਪਊਗਾ। ਤੁਸੀਂ ਰਿਸ਼ਵਤ ਨਹੀਂ ਦਿਓਗੇ ਤਾਂ ਰਿਸ਼ਵਤ ਖਤਮ ਹੋਣੀ ਹੈ। ਜੇ ਜੇਬ 'ਚ ਪੈਸੇ ਭਰ ਕੇ ਜਾਂਦੇ ਹਾਂ, ਆਪਾਂ ਕਹਿੰਦੇ ਮੇਰਾ ਕੰਮ ਜਲਦੀ ਹੋ ਜਾਵੇ, ਪੈਸੇ ਦੇ ਕੇ ਕੰਮ ਹੋ ਜਾਵੇ, ਫਿਰ ਰਿਸ਼ਵਤਖੋਰੀ ਖਤਮ ਨਹੀਂ ਹੋਣੀ। ਸੋ ਟਾਈਮ ਅਸੀਂ ਦਿੰਦੇ ਹਾਂ ਸਰਕਾਰ ਨੂੰ,
असीं नहीं कहिंदे वी एक दिन दे विच सरकार बहुत कुछ कर दूगी, पर सरकार नूं लोड़ है इन्हां चीज़ां वल ध्यान देण दी। सरकार नूं लोड़ है धरती ते जिहड़े बछिंदे वसदे ने, लोक वसदे ने, इन्हां बारे सोचण दी लोड़ है। इन्ना बुरा हाल शहर दा होया पिया, तुसीं कोई भी मेन रोड ला लो, जिहड़ा अपना भारत नगर चौंक तों बस अड्डे वाली रोड है, कोई साइड ते रोड नहीं लोगों नूं प्रबंध करके दिता, कोई साइडां ते प्लेटां ला के बंद नहीं किया गया, उत्थे भी किन्ने एक्सीडेंट होंदे। जिहड़ियां चादरां लाइया ने वो बड़िया खतरनाक ने, लोग एक्सीडेंट दे कारण बनदियां ने। सो बहुत बहुत मुद्दे ने शहर दे। ਜਿਵੇਂ ਅਸੀਂ ਪਹਿਲੇ ਵੀ ਦੇਖਿਆ ਨਾ ਕਿ ਕੇਵਲ ਇਹੀ ਏਰੀਆ ਨਹੀਂ ਕਿ ਇਸ ਤੋਂ ਪਹਿਲੇ ਵੀ ਚਲਦੇ ਚਲਦੇ ਦੇਖਿਆ ਕਿ ਕਈ ਫੁੱਟ ਜਿਹੜਾ ਹੈ ਗੱਡਾ ਹੋ ਜਾਂਦਾ ਹੈ, ਗੱਡੀਆਂ ਡਿੱਗ ਗਈਆਂ ਨੇ। ਫਿਰ ਇਹ ਕਹਿ ਸਕਦੇ ਸ਼ਹਿਰ ਦੇ ਵਿੱਚ ਕਿਤੇ ਵੀ ਚੱਲਣਾ ਇੱਕ ਵਾਰੀ ਸੇਫ ਨਹੀਂ ਹੈਗਾ ਨਾ ਇਸ ਟਾਈਮ ਤੇ। ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਇਹ ਪੁਲ ਨਾ ਕਾਫੀ ਜਗ੍ਹਾ ਤੋਂ ਖੋਖਲਾ ਆ, ਇੱਦਾਂ ਹੀ ਜਿਹੜੇ ਸੀਵਰ ਸਿਸਟਮ ਨੇ ਨਾ ਸ਼ਹਿਰ ਦੇ, ਇਹ ਜਦੋਂ ਪਾਈਪਾਂ ਨੂੰ ਜੋੜਦੇ ਆ ਨਾ, ਉਹ ਸਿਰਫ ਤੇ ਸਿਰਫ ਪਾਈਪ ਦਾ ਮੂੰਹ ਨਾਲ ਜੋੜ ਕੇ ਕੋਈ ਸੀਮੈਂਟ ਵਗੈਰਾ ਜਾਂ ਉੱਤੇ ਕੋਈ ਚੀਜ਼ ਜਿਹਦੇ ਨਾਲ ਉਹ ਫਿਕਸ ਹੋਵੇ ਉਹ ਨਹੀਂ ਲਾਉਂਦੇ। ਇਹ ਖਾਨਾ ਪੂਰਤੀ ਕਰਦੇ ਨੇ, ਉਹ ਹੌਲੀ ਹੌਲੀ ਪਾਣੀ ਜਿਹੜਾ ਆ ਸੀਵਰੇਜ ਦਾ ਉਹ ਸਿਮਣ ਲੱਗ ਜਾਂਦਾ ਹੈ, ਸਿਮਣ ਤੋਂ ਬਾਅਦ ਉਹ ਜਗ੍ਹਾ ਪੋਲੀ ਹੋ ਜਾਂਦੀ ਹੈ ਅਤੇ ਉਹ ਜਗ੍ਹਾ ਬੈਠ ਜਾਂਦੀ ਹੈ। BCM ਸਕੂਲ ਦੇ ਕੋਲ ਕਿੰਨੀ ਵਾਰੀ ਹਾਦਸਾ ਹੋ ਚੁੱਕਿਆ, ਹੋਰ ਵੀ ਸ਼ਹਿਰ ਦੇ ਵਿੱਚ ਪੂਰੀ ਪੂਰੀਆਂ ਗੱਡੀਆਂ ਲੋਕਾਂ ਦੀਆਂ ਧੱਸ ਗਈਆਂ, ਹੈਬੋ ਵਾਲੇ ਦੇ ਵਿੱਚ ਬੜਾ ਵੱਡਾ ਹਾਦਸਾ ਹੋ ਗਿਆ। ਸੋ ਇਹ ਹਾਦਸੇ ਦਾ ਕਾਰਨ ਹੀ ਹੈ। ਜੇ ਇਹ ਜਗ੍ਹਾ ਤੁਸੀਂ ਲਾ ਲਓ ਵੀ ਅੱਜ ਮੀਂਹ ਆਉਂਦੇ ਹੁੰਦੇ ਤਾਂ ਸਾਰਾ ਪੁਲ ਰੁੜ ਜਾਣਾ ਸੀਗਾ। ਇਹ ਗਰੰਟੀ ਮੈਂ ਤਾਂ ਲਿਖ ਕੇ ਦੇ ਸਕਦਾ ਮੈਂ ਵੀ ਜੇ ਬਰਸਾਤਾਂ ਦਿਨ ਹੁੰਦੇ ਤਾਂ ਇੱਦਾਂ ਹੋ ਜਾਂਦਾ ਤਾਂ ਬਹੁਤ ਭਿਆਨਕ ਹਾਦਸਾ ਆਉਣਾ ਸੀ। ਔਰ ਜਿਹੜਾ ਬਜਟ 10-20 ਹਜ਼ਾਰ 'ਚ ਸਰਨਾ ਹੁੰਦਾ ਉਹ ਕਰੋੜਾਂ ਦਾ ਪਾਸ ਹੁੰਦਾ, ਕਿਉਂਕਿ ਘਪਲੇ ਇਹਨਾਂ ਚੀਜ਼ਾਂ 'ਚੋਂ ਹੀ ਹੁੰਦੇ ਨੇ। ਬਿਲਕੁਲ, ਅਸੀਂ ਗੱਲਬਾਤ ਕਰਦੇ ਪਏ ਸੀ ਗੁਰਪਾਲ ਸਰਾਭਾ ਜੀ ਨਾਲ। ਜਿਸ ਤਰ੍ਹਾਂ ਅਸੀਂ ਇਸ ਟਾਈਮ ਜਿਵੇਂ ਤੁਹਾਨੂੰ ਦੱਸਿਆ ਕਿ ਖੜ੍ਹੇ ਹਾਂ ਜਗਰਾਓਂ ਪੁਲ 'ਤੇ, ਜਿੱਥੇ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਖੱਡਾ ਹੋ ਗਿਆ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ। ਪਰ ਜੇ ਅਸੀਂ ਗੱਲ ਕਰੀਏ ਸਮਾਰਟ ਸਿਟੀ ਦੇ ਤਹਿਤ ਪੁਲ ਦੀ ਇਸ ਹਾਲਤ ਦੀ ਅਤੇ ਕਿੱਥੋਂ ਤੱਕ ਦੇਖਿਆ ਜਾਵੇ ਤਾਂ ਸਮਾਰਟ ਸਿਟੀ ਦੇ ਇਹ ਹਾਲਾਤ ਨੇ ਕਿ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਜਿਹੜੀਆਂ ਲੋਕਾਂ ਨੂੰ ਹੁਣ ਇਸਦਾ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਪੈ ਵੀ ਰਿਹਾ। ਅਤੇ ਜੇ ਗੱਲ ਕਰੀਏ ਰਾਤ ਦੇ ਟਾਈਮ ਜਿਹੜੇ ਪੈਦਲ ਆਉਣ ਜਾਣ ਵਾਲੇ ਲੋਕ ਨੇ ਜਾਂ ਦਿਨ ਦੇ ਟਾਈਮ ਹੋਣ 'ਤੇ ਰਾਤ ਨੂੰ ਦੇਖਿਆ ਜਾਂਦਾ ਕਿ ਜਿਹੜੇ ਕਾਫੀ ਭੀੜ ਹੋਣ ਦੇ ਨਾਲ ਜਿਹੜੇ ਸਾਈਕਲ ਵਾਲੇ ਅਤੇ ਬਾਈਕ ਵਾਲੇ ਇੱਦਾਂ ਹੈਗੇ ਨੇ ਉਹ ਉੱਪਰੋਂ ਵੀ ਕੱਢਦੇ ਹੁੰਦੇ ਨੇ, ਉਹਨਾਂ ਲਈ ਅੰਧੇਰੇ ਦੇ ਵਿੱਚ ਕਿੰਨਾ ਖਤਰਾ ਹੈਗਾ ਇਸ ਟਾਈਮ। ਇਹ ਪੁਲ ਕੇਵਲ ਲੈਫਟ ਸਾਈਡ 'ਤੇ ਹੀ ਨਹੀਂ ਰਾਈਟ ਸਾਈਡ 'ਤੇ ਵੀ ਇਹੀ ਹਾਲ ਹੈ ਪੁਲ ਦਾ। ਪੁਲ ਨੂੰ ਪੂਰਾ ਅੰਦਰੋਂ ਤੱਕ ਚੂਹੇ ਨੇ ਖੋਖਲਾ ਕੀਤਾ ਹੋਇਆ, ਇੰਨੇ ਸਾਰੇ ਚੂਹੇ ਨੇ ਖੋਖਲਾ ਕੀਤਾ ਹੋਇਆ ਪੁਲ ਨੂੰ। ਨੀਚੇ ਵੀ ਤੁਹਾਨੂੰ ਤਸਵੀਰਾਂ ਅਸੀਂ ਦਿਖਾਈਆਂ ਕਿੰਨਾ ਕਿੱਥੋਂ ਤੱਕ ਖੋਖਲਾ ਕੀਤਾ ਹੋਇਆ, ਕਿੰਨੀ ਮਿੱਟੀ ਕੱਢੀ ਹੋਈ ਹੈ। ਇਹ ਵੀ ਕਿਹਾ ਗਿਆ ਕਿ ਜਿਹੜਾ ਟੈਂਡਰ ਪਾਸ ਤਾਂ ਕਰ ਦਿੱਤਾ ਜਾਂਦਾ, ਟੈਂਡਰ ਕਿਹਾ ਜਾਂਦਾ ਇੰਨੇ ਲੱਖ ਦਾ, ਇੰਨੇ ਕਰੋੜ ਦਾ ਜਿਹੜਾ ਟੈਂਡਰ ਪਾਸ ਕਰ ਦਿੱਤਾ ਗਿਆ, ਪਰ ਉਸ ਹਿਸਾਬ ਦਾ ਜਿਹੜਾ ਕੰਮ ਵੀ ਨਹੀਂ ਕੀਤਾ ਜਾਂਦਾ। ਇੱਦਾਂ ਹੀ ਹੋਰ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ, ਅਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ। ਕੈਮਰਾਮੈਨ ਕਰਨ ਦੇ ਨਾਲ ਮੈਂ ਨਿਧੀ ਵਰਮਾ।